ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਅਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ। ਲਾਈਵ ਕਵਰੇਜ ਲਈ ਸੰਪਰਕ ਕਰੋ। YFC ਰੁੜਕਾ ਕਲਾਂ ਨੇ ਪਿਛਲੇ ਲਗਭਗ 20 ਸਾਲਾਂ ਤੋਂ ਖੇਡਾਂ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ ਕੰਮ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਨਾਮ ਖੱਟਿਆ ਹੈ। ਪੰਜਾਬ ਵਿੱਚ YFC ਵੱਲੋਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੇ ਫੁੱਟਬਾਲ ਸੈਂਟਰ ਚਲਾਏ ਜਾ ਰਹੇ ਹਨ। ਇਹਨਾਂ ਸੈਂਟਰਾਂ ਉੱਪਰ ਫੁੱਟਬਾਲ ਦੀਆਂ ਵੱਖ-ਵੱਖ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਦੀਆਂ ਟੀਮਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ। YFC ਵਿੱਚ ਦੇਸ਼ ਵਿਦੇਸ਼ ਤੋਂ ਖਿਡਾਰੀ ਅਤੇ ਡੈਲੀਗੇਸ਼ਨ ਲੀਡਰ ਸਮੇਂ-ਸਮੇਂ 'ਤੇ ਆਉਂਦੇ ਰਹਿੰਦੇ ਹਨ। ਇਸ ਤਹਿਤ ਖਾਸ ਤੌਰ 'ਤੇ ਇੰਗਲੈਂਡ ਤੋਂ ਮੈਡਮ ਅਮਰਪ੍ਰੀਤ ਕੌਰ UK ਦੀ ਅਗਵਾਈ ਵਿੱਚ ਨਿਊ ਹੇਮ ਵਰਚੁਅਲ ਸਕੂਲ ਲੰਡਨ UK ਦੇ ਵਿਦਿਆਰਥੀ YFC ਰੁੜਕਾ ਕਲਾਂ ਪਹੁੰਚੇ, ਜਿਸ ਤਹਿਤ ਇਹ ਵਿਦਿਆਰਥੀ ਵੱਖ-ਵੱਖ ਸਕੂਲਾਂ ਦੇ ਵਿੱਚ ਇੰਗਲਿਸ਼ ਦੀ ਕੋਚਿੰਗ ਦੇਣਗੇ ਅਤੇ ਨਾਲ ਹੀ ਗਰਾਊਂਡਾਂ ਵਿੱਚ ਫੁੱਟਬਾਲ ਸੰਬੰਧੀ ਖਿਡਾਰੀਆਂ ਨੂੰ ਖੇਡ ਐਕਟੀਵਿਟੀਆਂ ਕਰਵਾਉਣਗੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਅਮਰਪ੍ਰੀਤ ਕੌਰ, ਮੈਂ ਆਈ ਹੈਗੀ ਹਾਂ ਲੰਡਨ ਤੋਂ। ਅਸੀਂ ਇੱਥੇ ਲੈ ਕੇ ਆਏ ਹਾਂ 10 ਬੱਚਿਆਂ ਨੂੰ ਲੰਡਨ ਤੋਂ। ਸਾਡੇ ਪ੍ਰੋਜੈਕਟ ਦਾ ਨਾਂ ਹੈਗਾ ਆ ਐਜੀਮਾਇਓਸ। ਜਿਹੜੇ ਬੱਚੇ ਆਏ ਆ ਇਹ ਸਾਰੇ ਜਾਣੇ ਵੈਰੀ ਐਕਡੈਮਿਕਲੀ ਕਲੈਵਰ ਹੈਗੇ ਆ, ਅਤੇ ਇਹ ਸਾਰੇ ਸੋਸ਼ਲੀ ਇਮੋਸ਼ਨਲੀ ਸਾਰਿਆਂ ਨੂੰ ਇੱਦਾਂ ਆ ਕਿ ਸਪੋਰਟਸ ਰਾਹੀਂ ਸਟਰੋਂਗ ਬਣਾਉਣਾ ਆ। ਇਹਨਾਂ ਨੂੰ ਮੋਟੀਵੇਸ਼ਨ ਇਸ ਤਰ੍ਹਾਂ ਮਿਲੀ ਆ ਇੱਥੇ YFC ਰੁੜਕਾ ਕਲਾਂ ਆ ਕੇ, ਬਿਕੋਜ਼ ਇਹ ਸਾਰੇ ਟੀਚਰ ਦਾ ਰੋਲ ਖੇਡਦੇ ਆ। ਸਾਰੇ ਪੰਜਾਬੀ ਸਿੱਖਦੇ ਆ ਅਤੇ ਇੰਗਲਿਸ਼ ਸਿਖਾਉਂਦੇ ਆ ਸਕੂਲਾਂ ਦੇ ਵਿੱਚ, ਅਤੇ ਇਹ ਇੱਥੇ ਰੋਜ਼ YFC ਕੋਚਾਂ ਦੇ ਨਾਲ ਇਹ ਪਲੈਨਿੰਗ ਕਰਕੇ ਆਹ ਈਵਨਿੰਗ ਦੇ ਸੈਸ਼ਨਸ ਲਾਉਂਦੇ ਆ, ਨਾਲੇ ਇਹ ਟਿਊਸ਼ਨ ਵੀ ਲਾਉਂਦੇ ਆ ਕਮਿਊਨਿਟੀ ਸੈਂਟਰਾਂ ਦੇ ਵਿੱਚ, ਨਾਲੇ YFC ਸੈਂਟਰ ਦੇ ਵਿੱਚ। ਅਸੀਂ 14 ਦਿਨਾਂ ਲਈ ਆਏ ਹਾਂ ਅਤੇ ਕਾਫੀ ਸਾਰੇ ਬੱਚਿਆਂ ਨੂੰ ਇੰਪਰੂਵਮੈਂਟ ਆਲਰੇਡੀ ਹੋ ਰਹੀ ਆ। ਅਸੀਂ ਦੇਖ ਰਹੇ ਹਾਂ ਕਿ ਸੋਸ਼ਲੀ ਇਮੋਸ਼ਨਲੀ ਐਂਡ ਕਨੈਕਸ਼ਨ ਜਿਹੜਾ ਬੱਚਿਆਂ ਦਾ ਬਣਦਾ ਆ ਅਕਰੋਸ ਦ ਮਾਈਲਸ, ਇਹ ਰੀਅਲੀ ਪੋਜ਼ਿਟਿਵ ਕਨੈਕਸ਼ਨ ਹੈਗਾ ਆ ਜ਼ਿੰਦਗੀ ਵਾਸਤੇ। YFC ਰੁੜਕਾ ਕਲਾਂ ਦੇ ਵਿੱਚ ਜਿਹੜੀ 10 ਮੈਂਬਰੀ ਟੀਮ ਆਈ ਆ, ਜਿਹੜੀ ਕਿ ਅਮਰਜੀਤ ਮੈਡਮ ਦੀ ਅਗਵਾਈ ਹੇਠ ਇੱਥੇ ਆਇਆ 10 ਦਿਨ ਦੇ ਲਈ, ਇਹ 18 ਤਰੀਕ ਤੋਂ 28 ਤਰੀਕ ਦੇ ਵਿੱਚ ਸਾਡੇ ਨਾਲ ਇੱਥੇ ਕੰਮ ਕਰਨਗੇ। ਇਹ ਸਕੂਲਾਂ ਦੇ ਵਿੱਚ ਜਾ ਕੇ, ਅਲੱਗ ਅਲੱਗ ਸਕੂਲਾਂ ਦੇ ਵਿੱਚ ਜਾ ਕੇ ਬੱਚਿਆਂ ਨੂੰ ਇੰਗਲਿਸ਼, ਸਾਇੰਸ ਅਤੇ ਮੈਥ ਦੀ ਉਹਨਾਂ ਦੀ ਕਲਾਸ ਲਗਾਉਣਗੇ। ਉਸ ਤੋਂ ਬਾਅਦ ਇਹ ਸ਼ਾਮ ਦੇ ਟਾਈਮ ਇੱਥੇ ਬੱਚਿਆਂ ਨੂੰ ਫੁੱਟਬਾਲ ਦੀ ਕੋਚਿੰਗ ਦੇਣਗੇ, ਉਹਦੇ ਨਾਲ ਨਾਲ ਸਪੋਰਟਸ ਫੋਰ ਡਿਵੈਲਪਮੈਂਟ ਦੇ ਸੈਸ਼ਨ ਵੀ ਕਰਵਾਉਣਗੇ, ਅਤੇ ਹੋਰ ਉਹਦੇ ਨਾਲ ਨਾਲ ਜਿਹੜੇ ਵੀ ਕੰਮ ਵਿੱਚ ਐਕਸਪਰਟ ਨੇ ਇਹ ਸਾਡੀ ਉਹਦੇ ਵਿੱਚ ਹੈਲਪ ਕਰਨਗੇ।